15/9/2023 विशा ग्राम पंचायत कालगढ़ विखे पंचायत वालों बिना प्रवानगी तो कम चालू करने संबंधी उपरोतक विषय के संबंध में आप जी लिखा जाता है कि पंचायत अफसर संबंधित पंचायत सकत्र वालों सांझे तौर पर रिपोर्ट की गई कि ग्राम पंचायत कालगढ़ विखे जो पार्क का काम चल रहा है उसका मौका देखा गया तो काम चल रहा सी पर पंचायत वालों मौके पर ना कोई एस्टीमेट की कापी पेश की गई ना ही प्रवानगी पत्र दिखाया गया सरपंच नूं वार वार कहन दे बावजूद भी उसने काम बंद नहीं किया जा रहा जिस तो जापदा है कि सरपंच उच्च अधिकारियों के हुक्मों की पालना नहीं करता कम नियमों के उल्ट करता जो कि गैर कानूनी तो नियमों के उल्ट है इस तो अलावा संबंधित पंचायत सकत्र वालों यह भी दसया गया कि सरपंच अपनी मर्जी नाल अते मेरे पुछे तो बिना काम करवाउंदा है सो आप जी नूं लिखा जाता है कि मौके पर पिंड अकालगढ़ विखे जाके पार्क का काम बंद करवाया जाए तो बंद ही कानूनी कार्रवाई अमल में लिया जाए आप जी लिखा जाता है मौके ते पिंड अकालगढ़ जाके पार्क का काम बंद कराया जाए ਤੁਹਾਡੇ ਕੋਲੇ ਇਸ ਆਰਡਰ ਦੇ ਨਾਲ ਬੰਦ ਕਰਾਉਣ ਦੇ ਕਿਹੜੇ ਮੰਨ ਲਓ ਆਰਡਰ ਆ ਵੀ ਤੁਸੀਂ ਇਹ ਸਾਹੀ ਸਰ ਸਾਨੂੰ ਤਾਂ ਹੀ ਆਰਡਰ ਇਹਦੇ ਮੁਤਾਬਕ ਬੰਦ ਕਰਾ ਰਹੇ ਤੁਸੀਂ ਬਲਾਕ ਵਿਕਾਸ ਬੰਦ ਕਰਾਉਣਾ ਕਿ ਸਾਨੂੰ ਨਾਲ ਲੈ ਕੇ ਜਾਣਾ ਨਹੀਂ ਬੰਦ ਕਰਾਉਣਾ ਤੁਸੀਂ ਫਿਰ ਸਾਨੂੰ ਤਾਂ ਨਾਲ ਲੈ ਜਾਣਾ ਕਿਸੇ ਨੂੰ ਤੁਸੀਂ ਆਪਦੇ ਅਫਸਰਾਂ ਦੇ ਤੁਸੀਂ ਆਪਦੇ ਅਫਸਰਾਂ ਦੇ ਭੇਜ ਦੋਗੇ ਦੁੱਖ ਤੁਸੀਂ ਦੱਸੋ ਕੰਮ ਸਾਡਾ ਬੰਦ ਆ ਤੇ ਫਿਰ ਤੁਸੀਂ ਜਾਓ ਅਸੀਂ ਨਹੀਂ ਜਾਣਾ ਓਕੇ ਜੀ ਅਸੀਂ ਅੱਜ ਤਾਂ ਡਿਊਟੀ ਕਰਨੀ ਤੇ ਬੈਠੇ ਅੱਜ ਤਾਂ ਬੈਠੇ ਰਹੋ ਜੀ ਓਕੇ ਜੀ ਸਰ ਕੇ ਬੈਠੋ ਠੀਕ ਆ ਆ ਜੀ ਵੇਖੋ ਅਸੀਂ ਗ੍ਰਾਮ ਪੰਚਾਇਤ ਦੇ ਸਮੂਹ ਨਗਰ ਨਿਵਾਸੀ ਖੜੇ ਆ ਤੇ ਪੁਲਿਸ ਪ੍ਰਸ਼ਾਸਨ ਸਾਡੇ ਕੋਲੇ ਆ ਕੇ ਇੱਕ ਉਹਨਾਂ ਨੇ ਪੱਤਰ ਵਿਖਾਇਆ ਜਿਹਦੇ ਵਿੱਚ ਨਾ ਤਾਂ ਕੋਈ ਪੰਚਾਇਤ ਨੂੰ ਜਿਹੜਾ ਨੋਟਿਸ ਦਿੱਤਾ ਬੀਡੀਓ ਨੂੰ ਲਿਖਿਆ ਗਿਆ ਉਹਦੇ ਸੰਬੰਧ 'ਚ ਪੰਚਾਇਤ ਕੋਲੋਂ ਕੋਈ ਉਹਨਾਂ ਦਾ ਪ੍ਰੂਫ ਆ ਵੀ ਪੰਚਾਇਤ ਨੂੰ ਸੂਚਿਤ ਕੀਤਾ ਗਿਆ ਜਿਹੜਾ ਕੰਮ ਪੰਚਾਇਤ ਕਰ ਰਹੀ ਹੈ ਪੰਚਾਇਤ ਜਿਹੜਾ ਲੋਕਾਂ ਤੋਂ ਮੰਨ ਲਓ ਫੰਡ ਇਕੱਠਾ ਕਰਕੇ ਲੋਕਾਂ ਦੀ ਸਹਾਇਤਾ ਨਾਲ ਲੋਕਾਂ ਵਾਸਤੇ ਇੱਕ ਪਾਰਕ ਬਣਾ ਰਹੀ ਹੈ ਜਿਹੜਾ ਕਿ ਪੰਚਾਇਤ ਦੀ ਜਗ੍ਹਾ ਪੰਚਾਇਤ ਦਾ ਅਧਿਕਾਰ ਹੈ ਪੰਚਾਇਤ ਕੋਈ ਗਲਤ ਕੰਮ ਨਹੀਂ ਕਰ ਰਹੀ ਜਿਹਦੇ ਵਿੱਚ ਕਿ ਪੱਤਰ ਵਿੱਚ ਲਿਖਿਆ ਗਿਆ ਵੀਡੀਓ ਨੇ ਨਾ ਤਾਂ ਸਰਪੰਚ ਨੂੰ ਨਾ ਸੈਕਟਰੀ ਪੰਚਾਇਤ ਕੋਲੇ ਮੰਨ ਲਓ ਵੀ ਸਰਪੰਚ ਕੋਲੇ ਆਇਆ ਨਾ ਬਲਾਕ ਜਿਹੜਾ ਅਫਸਰ ਲਿਖਿਆ ਉਹਨੇ ਕੋਈ ਸਾਨੂੰ ਇਸ ਗੱਲ ਦੀ ਇਤਲਾਹ ਦਿੱਤੀ ਹੈ ਵੀ ਤੁਸੀਂ ਕੰਮ ਗਲਤ ਕਰ ਰਹੇ ਹੋ ਪੰਚਾਇਤ ਨੇ ਆਪਦੀ ਕਾਰਵਾਈ ਦੇ ਵਿੱਚ ਮਤਾ ਪਾਇਆ ਪ੍ਰੋਪਰ ਮਤਾ ਪਾ ਕੇ ਸਾਰੇ ਪਿੰਡ ਵਾਸੀ ਆ ਜਿਹੜੇ ਖੜੇ ਆ ਸਾਰੇ ਸਹਿਮਤ ਹੋ ਬਈ ਸਾਰੇ ਬੰਦਿਆਂ ਨੇ ਸਹਿਮਤੀ ਦਿੱਤੀ ਹੈ ਤੇ ਕੰਮ ਨੂੰ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿ ਕੋਈ ਸਰਕਾਰੀ ਪੈਸਾ ਨਹੀਂ ਇਹਦੇ 'ਚ ਖਰਚਿਆ ਜਾ ਰਿਹਾ ਜਿਹੜਾ ਕਿ ਵੀਡੀਓ ਦਫ਼ਤਰ ਇਹਨੂੰ ਇਹ ਕਹਿੰਦਾ ਵੀ ਨਹੀਂ ਲਾ ਸਕਦੇ ਵੀਡੀਓ ਦਫ਼ਤਰ ਦੀ ਇਹਦੇ ਵਿੱਚ ਕੋਈ ਗ੍ਰਾਂਟ ਨਹੀਂ ਖਰਚ ਕੀਤੀ ਜਾ ਰਹੀ ਇਹ ਤਾਂ ਪਿੰਡ ਵਾਸੀਆਂ ਦਾ ਸਹਿਯੋਗ ਹੈ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਛੋਟਾ ਜਿਹਾ ਮੰਨ ਲਓ ਵੀ ਬਜ਼ੁਰਗਾਂ ਦੇ ਬੈਠਣ ਵਾਸਤੇ ਤੇ ਜਵਾਕਾਂ ਦੇ ਖੇਡਣ ਵਾਸਤੇ ਪਾਰਕ ਬਣਾ ਰਹੇ ਸੀ ਹੁਣ ਜਿਹੜੀ ਮੌਕੇ ਤੇ ਮੰਨ ਲਓ ਸਰਕਾਰ ਆ ਉਹਦੇ ਕਹਿਣ ਤੇ ਪੁਲਿਸ ਮੁਲਾਜ਼ਮ ਸਾਨੂੰ ਆ ਕੇ ਆਂਦੇ ਆ ਵੀ ਤੁਸੀਂ ਧੱਕਾ ਕਰ ਰਹੇ ਹੋ ਇਹਨੂੰ ਅਸੀਂ ਬੰਦ ਕਰੋ ਸਾਨੂੰ ਇਹ ਗੱਲ ਨਹੀਂ ਸਮਝ ਆ ਰਹੀ ਵੀ ਧੱਕਾ ਕਿਸ ਗੱਲ ਜਾਂ ਪੰਚਾਇਤ ਦੀ ਜਗ੍ਹਾ ਪੰਚਾਇਤ ਕੋਲੇ ਕੋਰਮ ਪੂਰਾ ਪੰਚਾਇਤ ਨੇ ਮਤਾ ਪਾਇਆ ਤੇ ਲੋਕਾਂ ਨੇ ਸਹਿਯੋਗ ਦਿੱਤਾ ਬਿਨਾਂ ਸਰਕਾਰੀ ਪੈਸੇ ਤੋਂ ਅਸੀਂ ਪਿੰਡ ਦੀ ਡਿਵੈਲਪਮੈਂਟ ਕਰਦੇ ਹਾਂ ਤੇ ਪ੍ਰਸ਼ਾਸਨ ਆ ਕੇ ਸਾਨੂੰ ਜਿਹੜਾ ਮੰਨ ਲਓ ਪਰੇਸ਼ਾਨ ਕਰਕੇ ਰੋਕਦਾ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਸਾਨੂੰ ਮੰਨ ਲਓ ਥਾਣੇ ਬੁਲਾਇਆ ਗਿਆ ਸੀ ਸੁਭਾ ਅਸੀਂ ਡਿਪਟੀ ਸਾਹਿਬ ਕੋਲੇ ਸਾਡੇ ਬੰਦੇ ਪੁਲਿਸ ਫੜ ਕੇ ਲੈ ਗਈ ਸੀ ਉਹ ਅਸੀਂ ਛਡਾ ਕੇ ਲਏ ਸੀ ਤੇ ਦੁਬਾਰਾ ਫਿਰ ਸਾਨੂੰ ਰੋਕਿਆ ਗਿਆ ਅਸੀਂ ਇਸ ਮੰਨ ਲਓ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਆਵਾਜ਼ ਪਹੁੰਚਾਉਣੀ ਚਾਹੁੰਦੇ ਹਾਂ ਕਿ ਜਿਹੜਾ ਸਾਡੀ ਇਹ ਲੜਾਈ ਹੈ ਇਹ ਪਿੰਡ ਦੇ ਹੱਕ ਸੱਚ ਦੀ ਲੜਾਈ ਹੈ ਇਹਦੇ ਤੁਸੀਂ ਸਾਰਾ ਸਾਡਾ ਸਾਥ ਦਿਓ ਤੇ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਹੈ ਵੀ ਆਪਾਂ ਨੂੰ ਜਿਵੇਂ ਵੀ ਪ੍ਰਸ਼ਾਸਨ ਆਖੂਗਾ ਆਪਾਂ ਉਹਦਾ ਹਰ ਤਰੀਕੇ ਨਾਲ ਜਵਾਬ ਦੇਣਾ ਆਪਾਂ ਆਪਦੇ ਹੱਕਾਂ ਦੀ ਲੜਾਈ ਲੜਨੀ ਹੈ ਨਾ ਕਿ ਕੋਈ ਆਪਾਂ ਗਲਤ ਕੰਮ ਕਰਨਾ ਮੁਲਾਜ਼ਮਾਂ ਨੇ ਆ ਕੇ ਆਖਿਆ ਵੀ ਕੰਮ ਰੋਕ ਦਿਓ ਅਸੀਂ ਰੋਕਤਾ ਇਦੋਂ ਗਾਂ ਜਦੋਂ ਮੁਲਾਜ਼ਮਾਂ ਨਾਲ ਅਸੀਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਚਾਹੇ ਅਸੀਂ ਉਹ ਕੋਰਟ 'ਚ ਜਾਈਏ ਚਾਹੇ ਕਿਸੇ ਉੱਚ ਅਧਿਕਾਰੀਆਂ ਨੂੰ ਮਿਲ ਗਏ ਵੀ ਸਾਡੇ ਜਿਹੜੇ ਅਧਿਕਾਰ ਆ ਉਹਨਾਂ ਨੂੰ ਮੰਨ ਲਓ ਇਹਨਾਂ ਨੇ ਮੰਨ ਲਓ ਕਰਨ ਤੋਂ ਰੋਕਿਆ ਅਧਿਕਾਰਾਂ ਦੀ ਵਰਤੋਂ ਨਹੀਂ ਕਰਨ ਦਿੱਤੀ ਜਾ ਰਹੀ ਪੰਚਾਇਤ ਇੱਕ ਮੌਜੂਦਾ ਜਿਹੜੀ ਪੰਚਾਇਤ ਆ ਉਹਦੇ ਕੋਲ ਕੋਰੋਂ ਵੀ ਪੂਰਾ